ਹਾਂਜੀ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ, ਸਬਸਕ੍ਰਾਈਬ ਕਰੋ ਜੀ ਆਰ ਟੀ ਵੀ, ਆਪਣੇ ਆਪਣੇ ਭਰਾ ਦਾ ਚੈਨਲ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਘੈਂਟ ਵੀਰੇ, ਤੁਸੀਂ ਠੀਕ ਠਾਕ ਹੋ ਜੀ? ਸਾਰੇ ਸਿਹਤਾਂ ਕਿਵੇਂ ਨੇ ਬ੍ਰਦਰ ਸਾਰਿਆਂ ਦੀਆਂ? ਮੈਨੂੰ ਲੱਗਦਾ ਮੀਡੀਆ ਦੇ ਹਿਸਾਬ ਨਾਲ ਬਹੁਤ ਛੇਤੀ ਐਕਸੀਡੈਂਟ ਹੋ ਗਿਆ ਬਾਈ। ਸਭ ਠੀਕ ਠਾਕ? ਹਾਂ ਵੀਰੇ, ਸਾਰਾ ਕੁਛ ਠੀਕ ਠਾਕ ਹੈ ਬਾਈ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਨੇ ਅਤੇ ਸਾਰਾ ਕੁਛ ਬਾਈ ਠੀਕ ਠਾਕ ਹੈ। ਕੋਈ ਕੁਛ ਨਹੀਂ ਹੋਇਆ, ਬੱਚਤ ਰਹੇਗੀ। ਅਤੇ ਥੋੜ੍ਹਾ ਬਹੁਤ ਨੁਕਸਾਨ, ਚਲੋ ਕਈ ਵਾਰੀ ਲੰਘਦੇ ਟੱਪ ਦੇ 100 ਰੋਡ 'ਤੇ ਤੁਰਦੇ ਫਿਰਦੇ ਹੈ ਨਾ, ਕਈ ਵਾਰੀ ਹੋ ਜਾਂਦਾ, ਪਰ ਸਾਰਾ ਕੁਛ ਵਧੀਆ। ਕੋਈ ਸੱਟ ਨਹੀਂ ਲੱਗੀ, ਥੋੜ੍ਹੀਆਂ ਬਹੁਤ ਝਟਕੇ ਜਿਹੇ ਲੱਗਿਆ ਹੋਇਆ, ਥੋੜ੍ਹਾ ਜਿਹਾ ਓਕੇ ਹੈ, ਕੋਈ ਇਸ਼ੂ ਨਹੀਂ ਹੈਗਾ, ਬਾਕੀ ਸਾਰਾ ਕੁਛ ਠੀਕ ਹੈ। ਅਤੇ ਕਿੱਦਾਂ ਜੀ ਕਿੱਦਾਂ 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 ਬਾਈ? ਬਹੁਤ ਵਧੀਆ ਵੀਰੇ, ਬਹੁਤ ਵਧੀਆ ਜੀ। ਅਤੇ ਕਿੱਧਰ ਨੂੰ ਚੱਲੇ ਬਾਈ? ਸਵੇਰੇ ਨਹੀਂ, ਇੱਥੇ ਸ਼ਾਮ ਆ ਵੀਰੇ, ਬਸ ਘਰ ਨੂੰ ਚੱਲੇ ਹਾਂ ਜੀ। ਇੱਕ ਵਾਰ ਨਹੀਂ ਬੋਲੋ ਸਾਡਾ ਬਾਈ, ਤੁਹਾਡੇ ਸਾਰੇ ਬਾਈ, ਮੈਂ ਕੋਸ਼ਿਸ਼ ਕਰਦਾ ਹਾਂ ਸਾਰਾ ਇੰਨਾ ਬੋਲੇ ਬ੍ਰੋ, ਬ੍ਰੋ ਕੁਛ ਨਹੀਂ, ਥੋੜ੍ਹਾ ਜਿਹਾ ਐਕਸੀਡੈਂਟ ਹੋ ਗਿਆ ਸੀਗਾ ਛੋਟਾ ਜਿਹਾ ਕੱਲ੍ਹ, ਅਤੇ ਉਹ ਬਸ ਇੱਦਾਂ ਹੀ ਤੁਰੇ ਫਿਰਦੇ ਨੇ, ਥੋੜ੍ਹਾ ਜਿਹਾ ਹੋ ਗਿਆ ਸੀਗਾ, ਅਤੇ ਸਾਰਾ ਕੁਛ ਠੀਕ ਹੈ ਬਾਈ, ਕੋਈ ਵਰੀ ਵਾਲੀ ਗੱਲ ਨਹੀਂ ਹੈਗੀ। ਕਾਰਾਂ ਕੂੜਾਂ ਤਾਂ ਆਉਣੀਆਂ ਜਾਂਦੀਆਂ ਰਹਿੰਦੀਆਂ, ਠੀਕ ਠੁੱਕ ਹੋ ਜਾਣਗੀਆਂ, ਕੋਈ ਪ੍ਰਸ਼ਨ ਨਹੀਂ ਹੈਗਾ। ਉਹ ਅਸੀਂ ਆ ਰਹੇ ਸੀਗੇ, ਮੈਂ ਅਤੇ ਮੇਰਾ ਫਰੈਂਡ ਸੀਗਾ, ਅਤੇ ਕੁਛ ਆਪਣੇ ਭਰਾ ਫੋਟੋ ਵਾਲੇ ਸੀ, ਉਹ ਕਰੇ ਗੱਡੀ ਪਿੱਛੇ ਕਰ ਲੈਂਦੇ, ਕਰੇ ਅੱਗੇ ਕਰ ਲੈਂਦੇ ਸੀ, ਅਤੇ ਇੱਕਦਮ ਬ੍ਰੇਕ ਮਾਰੀ ਉਹਨਾਂ ਨੇ, ਮੈਨੂੰ ਲੱਗਿਆ ਮੇਰੇ ਫਰੈਂਡ ਨੂੰ ਲੱਗਿਆ ਵੀ ਗੱਡੀ ਕਿਤੇ ਬ੍ਰੇਕ ਵੱਜੀ ਹੈ ਨਾ, ਵੀ ਕਿਤੇ ਆਪਣੀ ਗੱਡੀ 'ਚ ਵੱਜੀ, ਅਤੇ ਉਹ ਧਿਆਨ ਨਹੀਂ ਰਿਹਾ ਉਹਦਾ, ਅਤੇ ਬੜਾ ਐਕਸੀਡੈਂਟ ਹੋ ਗਿਆ ਛੋਟਾ ਜਿਹਾ। ਅਤੇ ਛੋਟਾ ਜਿਹਾ ਸੀਗਾ, ਬੋਲ ਸਕਦੇ ਬ੍ਰਮਟਨ 'ਚ। ਸਭ ਠੀਕ ਆ ਵੀਰੇ, ਸਭ ਠੀਕ ਆ, ਕੁਛ ਨਹੀਂ, ਮਾੜਾ ਮੋਟਾ ਕਾਰ 'ਚ ਵੱਜਿਆ, ਕੋਈ ਇਸ਼ੂ ਨਹੀਂ ਹੈਗਾ। ਵਧਾਈ ਤੁਸੀਂ ਹੁਣ ਪੁੱਛੋ ਕਿਹੜੀ ਗੱਲ ਦੀ? ਤੇ ਆਪਣਾ ਬਾਈ ਜਿਹੜਾ ਉਹ ਸੀਗਾ ਚੈਨਲ ਸੀਗਾ ਸਿੱਧੂ ਮੂਸੇਵਾਲਾ ਅਫੀਸ਼ੀਅਲ ਚੈਨਲ ਸੀ ਬਾਈ, 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਬਾਈ, ਤੁਹਾਡੇ ਸਾਰੇ ਤੁਸੀਂ ਵਧਾਈ ਦੇ ਪਾਤਰ ਹੋ। ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣਾ ਗਾਣਾ, ਵਿਦਾਊਟ ਐਨੀ ਐਡ, ਵਿਦਾਊਟ ਐਨੀ ਯਾਨੀ ਕਿ ਪ੍ਰਮੋਸ਼ਨ, ਪ੍ਰਮੋਸ਼ਨ 'ਤੇ 6 ਮਿਲੀਅਨ ਹੋ ਗਿਆ ਜੀ 2 ਦਿਨ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, 1 ਲੱਖ ਸਬਸਕ੍ਰਾਈਬ, 1 ਮਿਲੀਅਨ ਸਬਸਕ੍ਰਾਈਬਰ ਹੋ ਗਿਆ, ਅਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਇਸ ਚੀਜ਼ ਦੇ। ਗਾਣਾ ਬਹੁਤ ਘੈਂਟ ਚੱਲ ਰਿਹਾ, ਮੈਂ ਠੀਕ ਠਾਕ ਬਾਈ, ਸਭ ਘੈਂਟ ਹੈ ਜੀ, ਸਾਰੇ ਬਾਬੇ ਦੀ ਕਿਰਪਾ, ਜਿੰਨਾ ਚਿਰ ਤੁਸੀਂ ਨਾਲ ਹੋ ਕੁਛ ਨਹੀਂ ਹੁੰਦਾ। ਅਤੇ ਕਿੱਦਾਂ ਜੀ, ਕਿੱਦਾਂ 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 ਬਾਈ, ਠੀਕ ਠਾਕ ਹੋ? ਹੈਲੋ, ਰਹਿੰਦੇ ਯਾਰ ਕਾਨੇ ਨਾਲ 6-6 ਫੁੱਟ ਦੇ ਸਰੀ ਬਾਈ, 6 ਤੀ ਆਵਾਂਗੇ ਜੀ ਸਰੀ, ਕੋਈ ਇਸ਼ੂ ਨਹੀਂ। ਭਾਜੀ ਐਲਬਮ, ਐਲਬਮ ਵੀਰੇ ਤਿਆਰ ਕਰੀ ਜਾਂਦੇ ਨਾਲ ਨਾਲ, ਤੁਹਾਨੂੰ ਯਾਨੀ ਕਿ ਗੈਪ ਨਹੀਂ ਪੈਣ ਦੇਵਾਂਗੇ ਵੀ ਬਾਹਲਾ ਜ਼ਿਆਦਾ, ਵੀ ਜਾਂ ਕੋਈ ਇੱਕ ਵੀ ਗਾਣਾ ਹੋਣਾ ਜਿਵੇਂ 2 ਮਹੀਨੇ ਪੈ ਗਿਆ, ਚਲੋ ਕੋਈ ਨਹੀਂ, ਕਈ ਵਾਰੀ ਬੰਦਾ ਹੈ ਨਾ ਉਲਝਿਆ ਹੁੰਦਾ, ਫਿਰ ਸ਼ੋਅ ਸ਼ੂਜ਼ ਚੱਲ ਰਹੇ ਸੀ ਨਾ ਸਾਰਾ ਕੁਛ, ਪਰ ਆਪਾਂ ਗਾਣੇ ਵੀਰੇ ਹੁਣ ਬੈਕ ਟੂ ਬੈਕ ਕਰਨੇ ਆ ਸਾਰੇ, ਹਰੇਕ ਮਹੀਨੇ 1 ਗਾਣਾ ਆਇਆ ਕਰੂਗਾ, ਅਤੇ ਵਧੀਆ ਗਾਣੇ ਕੋਸ਼ਿਸ਼ ਕਰਾਂਗੇ, ਜਿਵੇਂ ਆਪਣੇ ਤੁਹਾਨੂੰ ਸਾਰੇ ਪਸੰਦ ਆਉਂਦੇ ਆ, ਪਹਿਲਾਂ ਵਾਂਗੂ ਗਾਣੇ ਕੱਢਾਂਗੇ ਸਾਰੇ, ਤਾਮਾ ਜਾਮਾ ਘੈਂਟ ਕਰਾਂਗੇ ਸਾਰਾ, ਜਿਉਂਦਾ ਬਸ ਰਹਿ ਮੇਰੀਆਂ ਦੁਆਵਾਂ ਤੇ ਨਾਲ ਬਾਈ। ਥੈਂਕ ਯੂ ਬਾਈ, ਤੁਹਾਡੀਆਂ ਦੁਆਵਾਂ ਕਰਕੇ ਤੁਰੇ ਫਿਰਦੇ ਹਾਂ। ਡੀ ਸੀ ਸ਼ੋ ਕਰੋ ਵੀਰੇ, ਅਗਲੇ ਸਾਲ ਕਰਾਂਗੇ ਜੀ ਸਾਰਾ, ਅਤੇ
ਇੱਕ ਵਾਰੀ ਕਰਾਂਗੇ। ਤੇ ਯੂਕੇ ਵਾਲੇ ਜਿੰਨੇ ਵੀ ਹੈਗੇ ਨੇ ਮੇਰੇ ਵੀਰ ਭਰਾ ਸਾਰੇ ਜਿੰਨੇ ਵੀ ਪਿਆਰ ਕਰਦੇ ਨੇ, ਇੱਕ ਵਾਰੀ ਸਾਰੇ ਸਟੋਰੀਆਂ 'ਚ ਕਹੋ, ਦੱਸੋ ਪਲੈਨ ਕਰ ਰਹੇ ਹਾਂ ਕਦੋਂ ਦਾ ਕਰੀਏ ਪਲੈਨ, ਅਤੇ ਮਾੜਾ ਜਿਹਾ ਰਿਸਪੋਂਸ ਦਿਖਾਓ, ਰੈਡੀ ਹੋ ਹੁਣ ਇੱਕ ਵਾਰ ਯੂਕੇ ਦੀ ਤਿਆਰੀ ਆ। ਠੀਕ ਹੈ ਜੀ, ਗਾਣਾ ਸੁਣਾ ਦਿਓ ਕੋਈ ਭਾਈ, ਥੱਕੇ ਥੁੱਕੇ ਜੇ ਹੋਏ ਆ, ਗਾਣਾ ਤਾਂ ਮੈਂ ਤੁਹਾਨੂੰ ਨਹੀਂ ਸੁਣਾ ਦਿੰਦਾ, ਮੈਂ ਕੀ ਗਾਣਾ ਸੀਗਾ ਹੁਣ ਤਾਂ ਮੰਥਲੀ ਸੌਂਗ। ਹਾਂਜੀ ਬਾਈ, ਹੁਣ ਮੰਥਲੀ ਸੌਂਗ ਆਇਆ ਕਰਨਗੇ ਬਾਈ, ਅਤੇ ਗੁਜਰਾਤੀ ਫੈਨ ਬਣਾ ਤੇ ਬਾਈ ਰੂਮ ਵਾਲੇ, ਥੈਂਕ ਯੂ ਵੀਰੇ, ਥੈਂਕ ਯੂ, ਬਸ ਤੁਹਾਡੇ ਤੁਹਾਡੇ ਸਾਰੇ ਭਰਾਵਾਂ ਕਰਕੇ, ਤੁਹਾਡੇ ਸਾਰੇ ਫੈਮਿਲੀ ਕਰਕੇ ਮੇਰਾ ਇੰਨਾ ਟਾਮਾ ਜਮਾ ਵਧੀਆ ਹੋਇਆ ਬਾਈ, ਅਤੇ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਕੱਲਾ ਤਾਂ ਕੀ ਕਰ ਸਕਦਾ ਸੀ ਨਾ, ਅਤੇ ਇਕੱਠੇ ਗਾਣੇ ਦਾ ਸਵਾਦ, ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਐਂਡਲੈਸ ਹੋਈ, ਥੈਂਕ ਯੂ ਵੀਰੇ, ਥੈਂਕ ਯੂ ਜੀ, ਮਿਸਟਰ ਬਲੋਚ ਯਾਰ ਬਾਈ, ਸੇਮ ਬੀਫ, ਸੇਮ ਬੀਫ ਵੀ ਬਾਈ, ਤੁਸੀਂ ਬਸ ਹੁਣ ਆਹ ਮਹੀਨਾ ਮਹੀਨਾ ਵੇਟ ਕਰ ਲਓ, ਤੁਹਾਨੂੰ ਸੇਮ ਬੀਫ ਦੀ ਵੀ ਤੁਹਾਨੂੰ ਡੇਟ ਭੇਜਣੀ ਹੈ ਬਾਈ, ਹਾਂ ਇਸ ਚੀਜ਼ ਨੂੰ ਸੇਮ ਬੀਫ ਆ ਰਿਹਾ, ਬਿਗ ਫੈਨ, ਥੈਂਕ ਯੂ ਜੀ। ਜਲੰਧਰ ਕਦੋਂ ਆਉਣਾ ਵੀਰੇ? ਛੇਤੀ ਜਾਵਾਂਗੇ ਜਲੰਧਰ ਵੀ ਸੋਨ, ਅਤੇ ਸਾਰਾ ਬਾਈ ਪਲੈਨ ਆਊਟ ਕਰੀ ਜਾਂਦੇ ਹਾਂ ਹੁਣ, ਜਿਵੇਂ ਹੁਣ ਜਿਵੇਂ ਆਪਣੇ ਮਾੜਾ ਮੋਟਾ ਸਿਰ 'ਤੇ ਇਲਜ਼ਾਮ ਲਾਦਾ ਹੁੰਦਾ ਵੀ ਜਾਂ ਸਕਿਉਰਿਟੀ ਨਹੀਂ ਸੀ ਜਾਂ ਕੁਛ ਹੋਰ ਨਹੀਂ, ਮੈਨੂੰ ਪਤਾ ਵੀ ਥੋੜ੍ਹੀਆਂ ਬਹੁਤ ਕਮੀਆਂ ਰਹੀਆਂ ਨੇ, ਅਤੇ ਆਪਾਂ ਉਸ ਤਰ੍ਹਾਂ ਦੇ ਸ਼ੋਅ ਕਰਨੇ ਬੰਦ ਕਰਤੇ ਬਾਈ, ਅਤੇ ਹੁਣ ਸ਼ੋਅ ਨਹੀਂ ਹੋਇਆ ਕਰਨਗੇ, ਅਰੀਨਾਸ ਹੋਇਆ ਕਰਨਗੇ ਬਾਬੇ ਦੀ ਕਿਰਪਾ ਨਾਲ, ਅਤੇ ਤੁਸੀਂ ਸਾਰਿਆਂ ਨੇ ਆਉਣਾ ਕਦੇ ਵੀ ਕੋਈ ਇਸ ਚੀਜ਼, ਇੰਨਾ ਕੁ ਮੈਂ ਤੁਹਾਨੂੰ ਮੇਕ ਸ਼ੋਰ ਕਰਦਾ ਵੀ ਹੁਣ ਵਾਲੇ ਸ਼ੋਅਾਂ ਦੇ ਵਿੱਚ ਕਦੇ ਤੁਸੀਂ ਸਕਿਉਰਿਟੀ ਵਜੋਂ ਜਾਂ ਕੁਛ ਹੋਣਾ, ਕੋਈ ਡਿਸਪਿਊਟ ਬੰਨੀ ਹੋ, ਡਰ ਕੇ ਨਾ ਆਇਓ, ਇਸ ਕਿ ਆਪਾਂ ਜੋ ਵੀ ਕਰਾਂਗੇ ਤੁਹਾਡੇ ਵਾਸਤੇ ਸਾਰੇ ਹੈ ਨਾ, ਘੈਂਟ ਹੀ ਕਰਨਾ ਤਾਂ ਮਜ਼ਾ ਸਹੀ, ਸਮਥਿੰਗ ਅਬਾਊਟ, ਪਤਾ ਹੀ ਬਾਈ ਬਹੁਤ ਵਧੀਆ ਬੰਦਾ ਅਤੇ ਆਪਣਾ ਖਾਸ ਭਰਾ ਦੋਸਤ ਆਪਣਾ ਫਤਿਹਵੀਰ, ਅੱਛਾ ਫਤਿਹਵੀਰ ਬਾਈ, ਬਹੁਤ ਮਾੜਾ ਸੀਗਾ ਬਾਈ, ਬਹੁਤ ਮਾੜਾ ਹੋਇਆ ਹੈ ਨਾ, ਮੈਨੂੰ ਘੱਟੋ ਇੱਦਾਂ ਜਿਹਾ ਲੱਗਦਾ ਹੁੰਦਾ ਵੀ ਯਾਰ ਇਹੋ ਜਿਹੀਆਂ ਚੀਜ਼ਾਂ ਕਿਉਂ ਹੈਪਨ ਹੁੰਦੀਆਂ ਹਨ, ਇੰਨੀ ਛੇਤੀ ਕਿਉਂ ਸਾਰਾ ਕੁਛ ਹੋ ਜਾਣਾ, ਜੇ ਇਤਨੀ ਛੋਟੀ ਉਮਰ ਸੀਗੀ ਜਾਂ ਤਾਂ ਕੁਛ ਦੇਖੀ ਨਹੀਂ ਸੀ ਵਿਚਾਰੀ, ਬਹੁਤ ਬਹੁਤ ਮਾੜੀ ਗੱਲ ਸੀ, ਸਾਰੇ ਦੁਆਵਾਂ ਕਰਦੇ ਉਹਦੀ ਫੈਮਿਲੀ ਲਈ ਵੀ ਸਾਰਾ ਕੁਛ ਸਹੀ ਰਹੇ ਅਤੇ ਜਲਦੀ ਤੋਂ ਜਲਦੀ ਠੀਕ ਹੋ ਜਾਣ, ਥੈਂਕ ਯੂ ਬਾਈ, ਥੈਂਕ ਯੂ, ਗੁੱਡ ਈਵਨਿੰਗ, ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ, ਇੱਕ ਇੱਕ ਮਿਲੀਅਨ ਹੋ ਗਿਆ ਸਬਸਕ੍ਰਾਈਬਰ ਜੀ, ਯੂਕੇ ਵਾਲੇ ਮਾੜਾ ਜਿਹਾ ਸਟੋਰੀਆਂ ਸਾਰੀਆਂ ਪੋਸਟ ਕਰੋ ਅਤੇ ਭੇਜੋ ਮੈਨੂੰ ਵੀ ਕੀ ਖਿਆਲ ਹੈ ਕਦੋਂ ਦਾ ਸ਼ੁਰੂ ਕਰੀਏ ਸ਼ੋਅ, ਇੱਕੋ ਹੀ ਰੱਖਾਂਗੇ ਜਾਂ ਘੈਂਟ ਮਾਹੌਲ ਚੱਲ ਜਾਏ ਇੱਕ ਜਾਂ ਦੋ ਦੇ ਸ਼ੋਅ ਰੱਖਾਂਗੇ, ਅਤੇ ਸਾਡੀ ਜ਼ਿੰਦਗੀ ਯਾਨੀ ਕਿ ਯਾਦ ਰੱਖਣ ਵਾਲੀਆਂ ਚੀਜ਼ਾਂ ਕਰਾਂਗੇ, ਘੈਂਟ ਮਾਹੌਲ ਚੱਲ 'ਚ ਕਰਾਂਗੇ ਯੂਕੇ ਦਾ, ਕੀ ਹਾਲ ਆ ਬ੍ਰੋ, ਬਹੁਤ ਵਧੀਆ ਜੀ, ਬਹੁਤ ਵਧੀਆ, ਸਾਰਾ ਪਲੈਨ ਆਊਟ ਕਰ ਰਹੇ ਹਾਂ ਜੀ ਸ਼ੋਅਜ਼ ਵਗੈਰਾ ਦਾ ਵੀ ਕਿੱਥੇ ਕਿੱਥੇ ਕਿੱਦਾਂ, ਉਂਝ ਸਾਲੀ ਸ਼ਕਲਾਂ ਦੀ ਚਿੱਟੀ ਦੁਨੀਆ ਦੇ ਵਾਲੇ MRF ਟਾਇਰ ਵਰਗੇ, ਇਹ ਫੈਕਟਸ ਨੇ ਬਾਈ ਸਾਰੇ, ਸਾਰਾ ਕੁਛ ਦੇਖ ਦੁੱਖ ਕੇ ਹਟੇ ਹਾਂ ਆਪਾਂ, ਅਤੇ ਨਾਲੇ ਇਹੋ ਜਿਹਾ ਕੁਛ ਹੀ ਹੈ ਬਾਈ ਇੱਥੇ, ਸੇਮ ਬੀਫ, ਸੇਮ ਬੀਫ, ਇੰਡੀਆ ਦੀ ਵੀ ਅਨਾਊਂਸਮੈਂਟ ਕਰਾਂਗੇ ਛੇਤੀ, ਸਾਰਾ ਕੁਛ ਪਲੈਨ ਆਊਟ ਕਰੀ ਜਾਂਦੇ ਹਾਂ ਜੀ।